ਦਿੱਤੇ ਬੋਲਦੇ ਸਾਰੇ ਸਾਡੇ ਤਾਲ ਸੁੰਨ ਹੋ ਜਾਂਦਾ ਹੈ। ਸਾਡੀ ਆਤਮਾ ਸਰੀਰ ਨੂੰ ਛੱਡ ਕੇ ਇੱਕ ਪਾਸੇ ਹੋ ਜਾਂਦੀ ਹੈ। ਅਸੀਂ ਕਹਿੰਦੇ ਹਾਂ ਇਹਦੇ ਨਾਲ ਹੁਣ ਆਪਣਾ ਕੀ ਤਲਕ ਹੈ, ਮਿੱਟੀ ਹੈ, ਮੁਰਦਾ ਹੋ ਗਿਆ ਹੈ, ਅਸੀਂ ਤੁਹਾਡੇ ਸਰੀਰ ਵਿੱਚ ਨਹੀਂ ਆਉਂਦੇ ਕਹਿੰਦੇ। ਲੇਕਿਨ ਜੋ ਭਜਨ ਸਿਮਰਨ ਕਰਕੇ ਅਸੀਂ ਜਿੰਦੇ ਜੀ ਮਰਨਾ ਹੈ, ਉਹਦੇ ਨਾਲ ਅਸੀਂ ਸਰੀਰ ਦੇ ਵਿੱਚ ਜਨਮ ਚਾਹੀਏ ਆ ਸਕਦੇ ਹਾਂ। ਸੱਚ ਇਹ ਹੈ ਕਿ ਸ਼ੁਰੂ ਸ਼ੁਰੂ ਦੇ ਵਿੱਚ ਮੈਂ ਡਰਦਾ ਹੁੰਦਾ ਹੈ, ਕਿਉਂਕਿ ਮੈਂ ਦੋ ਸ਼ਬਦ ਦਾ ਅਭਿਆਸ ਬਾਬਾ ਕ੍ਰਿਸ਼ਨ ਦਾਸ ਤੋਂ ਮਿਲਿਆ, ਉਹ ਕਰਿਆ ਹੈ। ਮੈਨੂੰ ਪਤਾ ਹੈ ਕਿ ਪਹਿਲੇ ਅਭਿਆਸ ਜਿਹੜੇ ਹੈ ਉਹ ਥੋੜ੍ਹੀ ਜਿਹੀ ਮੁਸ਼ਕਲ ਹੁੰਦੇ ਹੈ। ਕੋਈ ਵੀ ਕੰਮ ਆਪਾਂ ਨਵਾਂ ਸ਼ੁਰੂ ਕਰੀਏ ਉਹ ਸਾਨੂੰ ਥੋੜ੍ਹਾ ਜਿਹਾ ਮੁਸ਼ਕਲ ਲੱਗਦਾ ਹੈ। ਲੇਕਿਨ ਜਦ ਰੋਜ਼ ਰੋਜ਼ ਆਪਾਂ ਕਰਦੇ ਹਾਂ ਆਪਾਂ ਨੂੰ ਮੁਹਾਰਤ ਪੈਦਾ ਹੋ ਜਾਂਦੀ ਹੈ। ਤੋ ਜਿਹੜੇ ਅਗਲੇ ਮੰਡਲ ਹੈ ਉਹ ਇਤਨੇ ਮੁਸ਼ਕਲ ਨਹੀਂ ਹੁੰਦੇ ਗੇ, ਕਿਉਂਕਿ ਇੱਕ ਤਾਂ ਹੌਸਲਾ ਹੋ ਜਾਂਦਾ ਹੈ, ਉਤਲੇ ਮੰਡਲ ਦਾ ਰਸ ਆਤਮਾ ਨੂੰ ਮਿਲਦਾ ਹੈ, ਸ਼ੌਕ ਪੈਦਾ ਹੋ ਜਾਂਦਾ ਹੈ, ਆਤਮਾ ਦੇ ਅੰਦਰ ਤ੍ਰਿਪਤੀ ਆ ਜਾਂਦੀ ਹੈ। ਤੋ ਜਿਹੜਾ ਸੰਤ ਮਤ ਦੇ ਵਿਆਸ ਵਿੱਚ ਸੰਤ ਜਿਹਦੇ ਵੀ ਮੱਥਾ ਕਹਿੰਦੇ ਹੈ, ਉਹਦੇ ਨਾਲ ਅਸੀਂ ਜਦੋਂ ਚਾਹੀਏ ਸਰੀਰ ਛੱਡ ਸਕਦੇ ਹਾਂ, ਜਦੋਂ ਚਾਹੀਏ ਅਸੀਂ ਵਾਪਸ ਆ ਸਕਦੇ ਹਾਂ। ਸ਼ੁਰੂ ਸ਼ੁਰੂ ਦੇ ਵਿੱਚ ਸਾਨੂੰ ਥੋੜ੍ਹਾ ਜਿਹਾ ਮਹਿਸੂਸ ਹੁੰਦਾ ਹੈ, ਉਸ ਤੋਂ ਮਗਰੋਂ ਨਾ ਸਾਨੂੰ ਅੱਖ ਬੰਦ ਕਰਨ ਦੀ ਲੋੜ ਹੈ, ਨਾ ਸਾਨੂੰ ਕੰਨ ਬੰਦ ਕਰਨ ਦੀ ਲੋੜ ਹੈ, ਨਾ ਸਾਨੂੰ ਜਾਗੋ ਬੈਠਣ ਦੀ ਲੋੜ ਹੈ। ਭੇਡ ਭੜਕੇ ਹੀ ਅਸੀਂ ਆਪਣਾ ਟਾਈਮ ਲਾ ਸਕਦੇ ਹਾਂ। ਗੁਰੂ ਨਾਨਕ ਸਾਹਿਬ ਕਹਿੰਦੇ ਹੈ ਕਿ ਇਸ ਤਰ੍ਹਾਂ ਦਾ ਹਾਲ ਹੋ ਜਾਂਦਾ ਹੈ ਜਿਵੇਂ ਰਹਿਤ ਹੈ, ਉਹ ਜਿਹੜੇ ਬੰਦ ਹੈ ਸਾਡੇ ਉਹ ਅਲੱਗ ਚੱਲਦੇ ਹੈ, ਉਹ ਅਲੱਗ ਚੱਲਦੇ ਹੈ, ਲੇਕਿਨ ਵਿੱਚ ਉਹਨਾਂ ਦੇ ਸੁਰਾਹ ਹੁੰਦਾ ਹੈ ਮਾਲੂ ਦੇਵ ਮਾਲਾ। ਤੋ ਕਿੱਡਾ ਉਸ ਮਾਲ ਜਿਹਨੂੰ ਬੋਲਦੇ ਹੈ ਉਹ ਉਸ 'ਤੇ ਚੱਲਦੀਆਂ ਰਹਿੰਦੀਆਂ ਹੈ, ਪਰ ਇੱਕ ਪਾਸੇ ਅਲੱਗ ਚੱਲਦੇ ਰਹਿੰਦੇ ਹੈ। ਇਹ ਹੀ ਹਾਲਤ ਸਾਡੀ ਹੋ ਜਾਂਦੀ ਹੈ। ਅਸੀਂ ਲੋਕਾਂ ਨਾਲ ਗੱਲਾਂ ਤੋਂ ਦੀਵਾਨ ਨਾ ਕਰਦੇ ਹਾਂ, ਲੇਕਿਨ ਅੰਦਰ ਜਿਹੜਾ ਸ਼ਬਦ ਹੈ ਉਹ ਜਾਰੀ ਹੁੰਦਾ ਹੈ, ਅਸੀਂ ਉਸ ਨੂੰ ਸੁਣ ਵੀ ਰਹੇ ਹੁੰਦੇ ਹਾਂ, ਉਹਨੂੰ ਦੇਖ ਵੀ ਰਹੇ ਹੁੰਦੇ ਹਾਂ। ਗੁਰੂ ਨਾਨਕ ਕਹਿੰਦੇ ਆ ਮੁੱਖ ਦੀ ਬਾਤ ਸਗਲ ਤੋਂ ਕਰਦਾ, ਜੀਵ ਸੰਗ ਪ੍ਰਭ ਆਪਣੇ ਕਰਦਾ। ਕਬੀਰ ਸਾਹਿਬ ਕਹਿੰਦੇ ਆਖ ਦਾ ਮੁੰਡੂ ਕਾਨ ਨਾ ਰੁੰਦੂ ਕਾਇਆ ਕਸ਼ਟ ਨਾ ਧਾਰੂ ਖੁੱਲੇ ਨੈਣ ਮੈਂ ਹੱਸ ਹੱਸ ਦੇਖੂ ਸੁੰਦਰ ਰੂਪ ਨਿਹਾਰੂ। ਸੋ ਇਸ ਵਾਸਤੇ ਆਪ ਪਿਆਰ ਨਾਲ ਕਹਿੰਦੇ ਆ ਕਿ ਉਹ ਨਾ ਇਹ ਅੱਖਾਂ ਸਾਨੂੰ ਉਸ ਨਾਮ ਨੂੰ ਦੇਖ ਸਕਦੀਆਂ, ਨਾ ਕੰਨ ਇਸ ਨੂੰ ਸੁਣ ਸਕਦੇ ਹੈ, ਕਿਉਂਕਿ ਕੰਨ ਤਾਂ ਬਾਹਰ ਹੀ ਨੂੰ ਸੁਣਦੇ ਹੈ, ਆਵਾਜ਼ ਨੂੰ ਸੁਣਦੇ ਹੈ। ਸੋ ਉਹ ਮਹਾਤਮਾ ਕੋਲ ਜਦ ਅਸੀਂ ਜਾਂਦੇ ਹਾਂ ਉਹ ਅੰਦਰ ਦੀ ਅੱਖ ਵੀ ਖੋਲ੍ਹਦੇ ਹੈ, ਅੰਦਰ ਦੇ ਕੰਨ ਵੀ ਸਾਨੂੰ ਖੋਲ੍ਹਦੇ ਹੈ, ਔਰ ਰੂਹਾਨੀ ਪੈਰ ਵੀ ਦਿੰਦੇ ਹੈ ਜਿਹਨਾਂ ਨਾਲ ਅਸੀਂ ਅੰਦਰ ਚੜ੍ਹਾਈ ਕਰਦੇ ਹੈ। ਸੋ ਗੁਰੂ ਅੰਗਦ ਦੇਵ ਜੀ ਮਹਾਰਾਜ ਕਹਿੰਦੇ ਹੈ ਅੱਖਾਂ ਬਾਝੋਂ ਦੇਖਣਾ, ਬਿਨ ਕੰਨਾਂ ਸੁਣਨਾ, ਪੈਰਾਂ ਬਾਝੋਂ ਚੱਲਣਾ, ਬਿਨ ਹੱਥਾਂ ਕਰਨਾ, ਜੀਭਾਂ ਬਾਝੋਂ ਬੋਲਣਾ, ਇਉਂ ਜੀਵਤ ਮਰਨਾ, ਨਾਨਕ ਹੁਕਮ ਪਛਾਣ ਕੇ ਤਿਉਂ ਖਸਮੇ ਮਿਲਣਾ। ਆਪ ਪਿਆਰ ਨਾਲ ਕਹਿੰਦੇ ਹੈ ਕਿ ਹੁਣ ਆਤਮ ਦਾ ਨਾਮ ਜਿਹੜਾ ਹੈ ਉਹ ਹੀ ਮੁਕਤੀ ਦਾਤਾ ਹੈ। ਜਿਤਨੇ ਵੀ ਗ੍ਰੰਥ ਹਨ ਇਹ ਉਸ ਦੀ ਮਹਿਮਾ ਕਰਦੇ ਹੈ, ਉਹਦੀ ਮਹਿਮਾ ਨਾਲ ਭਰੇ ਪਏ ਹੈ। ਗੁਰੂ ਗੋਬਿੰਦ ਸਿੰਘ ਨੇ ਵੀ ਕਿਹਾ ਹੈ ਕਿ ਵੇਦ ਕਤੇਬ ਨਾ ਭੇਦ ਲਿਖੋ, ਜੋ ਗੁਰ ਨੇ ਗੁਰਮੋਹੇ ਬਤਾਇਓ। ਆਪ ਕਹਿ ਲੱਗੇ ਵੇਦਾਂ ਕਤੇਬਾਂ ਦੇ ਅੰਦਰ ਨਾਮ ਦੀ ਤਰੀਫ ਹੈ, ਨਾਮ ਦੀ ਮਹਿਮਾ ਹੈ। ਜੇ ਉਹਨਾਂ ਨੂੰ ਇਹ ਕਹੀਏ ਕਿ ਤੁਸੀਂ ਸਾਨੂੰ ਨਾਮ ਦਿਓ, ਨਾਮ ਨਾਲ ਜੋੜ ਦਿਓ, ਉਹ ਸਾਨੂੰ ਵੇਦ ਸ਼ਾਸਤਰ ਇਹੀ ਕਰਦੇ ਹੈ ਕਿ ਤੁਸੀਂ ਕਿਸੇ ਜੀਵਤ ਮਹਾਂਪੁਰਸ਼ ਕੋਲ ਜਾਓ, ਉਹ ਤੁਹਾਨੂੰ ਅੰਦਰ ਜਾਣ ਦਾ ਸਾਧਨ ਔਰ ਤਰੀਕਾ ਦੱਸੇਗਾ। ਇਸ ਵਾਸਤੇ ਸੰਤ ਮਹਾਤਮਾ ਸਾਨੂੰ ਦੱਸਦੇ ਹੈ ਕਿ ਵਰਨਾਤਮ ਜਿਹੜੇ ਨਾਮ ਹਨ ਅਸੀਂ ਇਹਨਾਂ ਦੀ ਬੀਜਤ ਕਰਦੇ ਹਾਂ। ਇਹ ਵੀ ਮਹਾਤਮਾ ਨੇ ਪਿਆਰ ਵਿੱਚ ਆ ਕੇ ਉਸ ਪਰਮਾਤਮਾ ਦੇ ਨਾਮ ਰੱਖੇ ਹੈ, ਇਹਨਾਂ ਦੀ ਆਪਾਂ ਹਿਸਟਰੀ ਹੈ ਜਿਹੜੀ ਉਹ ਖੋਜ ਸਕਦੇ ਹਾਂ। ਕੋਈ 5000 ਸਾਲ ਪੁਰਾਣਾ ਹੈ, ਕੋਈ 500 ਸਾਲ ਪੁਰਾਣਾ ਹੈ, ਕੋਈ 1400 ਸਾਲ ਪੁਰਾਣਾ ਹੈ, ਕੋਈ 100 ਸਾਲ ਪੁਰਾਣਾ ਹੈ। ਤੁਸੀਂ ਦੇਖ ਲਓ ਕਿ ਮਹਾਤਮਾ ਬੁੱਧ ਆਏ, ਉਹਨਾਂ ਦੀ ਹਿਸਟਰੀ ਆਪਾਂ ਪੜ੍ਹ ਸਕਦੇ ਹਾਂ। ਮੁਹੰਮਦ ਸਾਹਿਬ ਆਏ, 1300-1400 ਸਾਲ ਹੋ ਗਏ ਹੈ, ਉਹਨਾਂ ਦੀ ਹਿਸਟਰੀ ਆਪਾਂ ਪੜ੍ਹ ਸਕਦੇ ਹਾਂ।
रामचंद्र जी महाराज हैं, बहुत सारा जगत हो गए हैं, उन्होंने हिस्ट्री आप पढ़ते हैं कि उन्होंने ज्यादा ऐसा हो गया है। गुरु नानक देव जी महाराज आए हैं, 525 साल हो गए हैं उन्होंने आया। स्वामी जी महाराज आए, आप उन्होंने भी हिस्ट्री पढ़ते हैं, 100 साल उन्होंने हो गया आया। सो इन्हों जो लफ्ज है इन्हों की हिस्ट्री आप पढ़ सकते हैं, कोई 500 साल पुराना है, कोई 1400 साल पुराना है, लेकिन जोड़ा गुणात्मक नाम है यदि आप कोई हिस्ट्री नहीं पढ़ सकते। इन्हें तो दुनिया में पैदा किया है, दुनिया जी है खंड ब्रह्मांड है, इसके आधार पर चल रहे हैं, ना 500 साल पुराना है ना 1000 साल पुराना है। सो वेद शास्त्र जितने भी है पोथियां हैं सब इसकी महिमा बोलियां हैं। गुरु अर्जन देव जी महाराज कहते हैं, सिमरत वेद प्राण पकार पोथियां नाम बिना सब गारी दोषियां, नाम अधार अपार भरदा मन वसै, दुख अंधेरा तै संतां संग नसै, मोहे बाद हंकार सिर पर रुनिया, सुख न पाए मूल नाम सुनिया, मेरी मेरी तार बंधन बंधिया, नरक सुर्ग अवतार माया तंदिया, खोजत खोजत खोज तत् बचारिया, नाम बिना सुख नाहे सिर पर हारिया, आगे जहे अनेक जग मर मर जन्म ते, विसरिया जिन नाम से कोई फल दे, विसर नाही दा तार अपना नाम दे हो, गुरबाणा दिन रात नानक जापते हो। गुरु अर्जन देव जी महाराज कहते हैं, सब वेद शास्त्र पोथियां वो नाम को पकार दियां, नाम की महिमा कर दियां हन, कहते वो नाम कितने रहता है, कितों मिलता है, नाम अधार अपार भगता मन वसै, उसने बना दी वो परमात्मा आपके प्यारे बच्चों को बना के संसार में भेजता है। इस वास्ते आप प्यार ना कहते हैं, जो सानू जमण मन का दुख है, जो अज्ञानता का साढ़े दरम्यान अंधेरा है, उस नाम के नाल साढ़े अंदर प्रकाश हो जाता है। सो इस वास्ते वो साला दूर हो जाता है, जमण मन का कष्ट जरा है वो दूर हो जाता है। कहते आने हैं जाने हैं जमते हैं मरते हैं, जे सानू नाम नहीं मिलया था। इस वास्ते आप प्यार नाल कहते हैं, कर्म धर्म पाप कांडे जो जीसे जिस जब जब वासी रूपै, नरवार कीर्तन गाओ हर करते का निमक सिमरत जग छूटै, संतो सागर पार उतरी है, जे को वचन कमावे गुर का ते गुर प्रसादी करी है, को तीर्थ मजन शनाना इस कल में मैल भरी जाए, साध संग जो हर गुण गावे सो निर्मल कर ली जाए, खत्री ब्रह्मण शूद वैस उपदेश चो वरना को साझा, गुरमुख नाम जप उदर कल में नानक घट लग माझा। आप प्यार ना कहते हैं, चाहे असी नेक कर्म करते हैं तब भी सानू बंधन है, उन्होंने नींद भोगन वास्ते इसे मंडल से आना है, चाहे असं बुरे कर्म करते हैं उन्होंने भी भोग भोगन वास्ते आना है, बुरे करते हैं नरक और चौरासी है, नेक कर्म करते हैं तो असं अच्छे घर में जन्म ले लेंगे, ज्यादा तो ज्यादा सौदा मकोठा तक चले जावे, वो भी भोग दुनिया हैं, आकर फिर संसार में आना पैदा है। तो कहना भाव गुरु अर्जन देव जी महाराज का यही है कि संत महात्मा किसी खास कौम वास्ते नहीं आते थे, ना वो नाम किसी खास कौम वास्ते है, मतलब दिल के ख्याल हो गए कि मैं स्वर्ग जाति से पैदा हो गया है, मैं ही नाम का हकदार हो सकता है, मतलब दिल के ख्याल हो गए कि मैं निजी जाति से पैदा हो गया है, मैं नाम ही नहीं लै सकता गा। संत महात्मा प्यार में सानू दसते हैं कि कहाँ करे जाति कहाँ करे पाती, राम का नाम जपो दिन राती, संत महात्मा ना तो पहलियां जातां बड़ियां पीढ़ियां तोड़ते हैं ना नवियां बनाते हैं, इन्हां नाल उन्हां दा कोई संबंध नहीं हुंदा गा, वो तो सानू नाम जपा के इन्हां जातां पातां तो उपर उठा देंदे है। तुसीं सोच के देख लो कि आसमान दे विच सूरज है, उहदियां किरणां जमीन दे उत्ते पैंदियां हन, वो रोशनी दिंदा है, प्रकाश दिंदा है, गर्मी दिंदा है,
कभी उसने देखा है कि वह पंडित के घरे प्रकाश करना है या गरीब के घरे या होर जाति के घरे नहीं करना या सिखा के घरे में गर्मी भेजनी है हिंदुआ ने नहीं भेजनी थी इस वास्ते वो प्यार न कहते हैं खत्री है शूद्र है वैश है ब्राह्मण है और चौहान वर्णा ने उसको लाभ माना है उस सब साझा उपदेश वो की है गुरमुख नाम जपे कल में नानक का धर्म जा वो नाम साते सचखंड के उठ के साते अंदर तुम कारण दे रहा है जैसे ऐसे सारे हकदार हैं विद्या की ताकत है हर बच्चे के दिमाग में है लेकिन जेड़ा स्कूलों कालजा में जाता है टीचर का कहना मनता है वो बीए एमए आलम फाजिल हो जाता है अच्छी कुर्सी जज रजिस्ट्रेट वगैरह बन जाता है और अच्छी जिंदगी बतीत करता है अच्छा वकील बन जाता है तुम उन्होंने पूछ लो कि एक थानू कुर्सी किस तरह एड्डी मिली है साढ़े वर्गे इंसान तुम हो वो यही दसेंगे कि कहो सब मेहरबानी साढ़े टीचर की है असी उन्होंने कहना मनिया तुम किसी को यह भी पूछ लो कि थानू कोई विद्या की फंड सफाई नहीं लगे वो यही कहेंगे कि उन्होंने सुख होंगे ना तो जेल स्कूलों कालजा जाते भी टीचर का कह नहीं मनते थे विद्या की ताकत उन्होंने अंदर भी है वो सुती आती है सुती चली जाती है उन्होंने उसको कोई फायदा नहीं उठाया तो नाम तो साढ़े हर के अंदर ही उस परमात्मा ने रखा हुआ है जिथे नाम प्रगट है जब तक असं उथे नहीं जाते गए उन्ना चिकर असं उस नाम तो फायदा नहीं उठा सकते उन्होंने चिकर असं उसको फायदा नहीं उठा सकते जिस तरह धरती के अंदर हर जगह पानी है कित 100 फुट है कितने ज्यादा है कितने 5-7 फुट से भी पानी है आप सारा दिन जमीन से तुरे फिरते हैं प्यास लगी हुई है लेकिन अपनी वो पानी जमीन के हों प्यास नहीं जाएगा प्यास तभी जाएगा जे आप कोई ट्यूबवैल वगैरह ला के उस पानी बाहर कड़ेंगे इस तरह मुक्ति तभी असं नाम तो प्राप्त कर सकते हैं जे असि नाम के नाल जुड़िए नाम को प्राप्त करिए सो जे आप नाम को प्राप्त ना करिए सारा वेद शास्त्र पढ़ते उत्ते जोर दे जाइए ये वेद शास्त्र पढ़ने बुरे नहीं लेकिन जो पढ़ते हैं उन्होंने अमल करना जरूरी है असं की पढ़ते हैं साडे विच की कमियां हैं ये कि महात्मा की बाणी है उन्होंने महात्मा ने कि फायदा उठाया वो साढ़े वास्ते की उपदेश देंगे हैं हर एक महात्मा गुरु जी तुम गुरु नानक की बाणी पढ़ के देख लो होर किसी कबीर साहब जी रविदास की बाणी पढ़ के देख लो हर एक महात्मा ने चार चीज़ों की महिमा गाई है नाम की महिमा गाई है तो उसके नाम ने संसार पैदा किया है नाम तो बगैर मुक्ति सतगुरों की महिमा गाई है कि बगैर सतगुरु को नाम नहीं मिलता सत्संग की महिमा गाई है कि सत्संग तो बगैर सानू सोझ ही नहीं आती थी साडे अंदर तरफ पैदा नहीं हुंदा खुंदे की सत्संग तो बगैर सानू अच्छी या बुरी चीज सोझ ही नहीं आती थी क्योंकि सत्संग दे विच आके शराबी शराब छड़दा है विषय पकार भोगण वाला और जो जान वाला तौबा करता है कन्ना को हथ ला देता है कि मेरे कितनिया कमियां हैं तो महात्मा ने सत्संग से बड़ा जोर दिता है क्योंकि संगत का साडे उत्ते बड़ा असर हुंदा है इस वास्ते चार चीज़ों की संत महात्मा ने हर एक बाणी दे महिमा गाई है बाकी जितना भी लिखा है वो मसाला दे के कितने नाम के मुतलक मसाल है कितने सत्संग के मुतलक मसाल है कितने गुरमुखा के मुतलक मसाल है लेकिन असि ग्रंथों धर्म ग्रंथों को सोच के दफल देगी लेकिन असं सोचते हैं कि इन्होंने पढ़ नाल मुक्ति है संत कहते नहीं कह रहे और मुक्ति समझ के लिए है कबीर साहब कहते हैं देव कतेव कहो मत झूठे झूठा जो ना बचावे ये वेद शास्त्र उन्होंने महापुरुषों ने लिखे हुए है जिन्होंने पिंड छड़ के ब्रह्मंड से चले और परमात्मा के नाल वसार किया जो रुकावटा उन्होंने रस्ते पैदा हुई आईया
ਉਹ ਜਿਸ ਦੀ ਮਦਦ ਦੇ ਨਾਲ ਉਹਨਾਂ ਨੇ ਕਬੂਲ ਕੀਤੀਆਂ ਉਹਨਾਂ ਦਾ ਜ਼ਿਕਰ ਕੀਤਾ ਹੋਇਆ ਹੈ। ਜੋ ਨਜ਼ਾਰੇ ਅੱਗੇ ਜਾ ਕੇ ਉਹਨਾਂ ਨੇ ਦੇਖੇ ਉਹਨਾਂ ਨਜ਼ਾਰਿਆਂ ਦਾ ਜ਼ਿਕਰ ਕੀਤਾ ਹੋਇਆ ਹੈ। ਹੁਣ ਜੇ ਆਪਾਂ ਉਹਨਾਂ ਮਹਾਤਮਾ ਦੇ ਕਹਿਣ ਦੇ ਮੁਤਾਬਕ ਇਹਨੂੰ ਆਪਣਾ ਤਜਰਬਾ ਨਾ ਬਣਾਈਏ, ਆਪ ਜਿਹੜਾ ਜਿਸਦੀ ਮਦਦ ਨਾਲ ਉਹਨਾਂ ਨੇ ਸਫ਼ਰ ਤੈਅ ਕੀਤਾ ਸੀਗਾ, ਤੋ ਆਪ ਪਿਆਰ ਨਾ ਕਹਿੰਦੇ ਆਪਾਂ ਐਸੇ ਮਹਾਤਮਾ ਕੋਲ ਨਾ ਜਾਈਏ, ਆਪਾਂ ਘਰ ਦੇ ਘਰ ਹੀ ਬੈਠੇ ਰਹਿ ਜਾਂਦੇ। ਤੁਸੀਂ ਦੇਖ ਲਓ, ਅਗਰ ਆਪਾਂ ਅਮਰੀਕਾ ਜਾਣਾ ਹੈ, ਜੇ ਅਮਰੀਕਾ ਦੀ ਗਾਈਡ ਬੁੱਕ ਲੈ ਕੇ ਹੀ ਆਪਾਂ ਸਾਰਾ ਦਿਨ ਪੜ੍ਹਦੇ ਰਹੀਏ ਕਿ ਦਿੱਲੀ ਤੋਂ ਜਾਂ ਅਹਿਮਦਾਬਾਦ ਤੋਂ ਸੈਵਰੀ ਫਲੈਟ ਚੱਲੇਗੀ, ਕਿਹੜੇ ਕਿਹੜੇ ਜਿਹੜੇ ਰਸਤੇ ਦੇ ਵਿੱਚ ਸਟੇਸ਼ਨ ਆਉਂਦੇ ਹੈ, ਉੱਥੇ ਕਿੰਨਾ ਚਿਰ ਰੁਕਣਾ ਪਏਗਾ, ਅੱਗੇ ਸਾਨੂੰ ਕਿਹੜੀ ਫਲੈਟ ਮਿਲੇਗੀ, ਅੱਗੇ ਜਾ ਕੇ ਅਸੀਂ ਕਿੱਥੇ ਉਤਰਨਾ ਹੈ, ਕਿੱਥੇ ਰਾਤ ਕੱਟਣੀ ਹੈ, ਜੇ ਆਪਾਂ ਸਾਰਾ ਦਿਨ ਉਸ ਦੀ ਪਲੈਨਿੰਗ ਕਰਦੇ ਰਹੀਏ, ਇਹ ਤਾਂ ਜ਼ਰੂਰ ਹੋਏਗਾ ਕਿ ਆਪਣੇ ਦਿਮਾਗ ਦੇ ਵਿੱਚ ਖੁੱਲ ਬਣਾ ਆ ਜਾਏਗਾ। ਲੇਕਿਨ ਬੈਠੇ ਤਾਂ ਘਰ ਦੇ ਘਰ ਹੀ ਰਹਿ ਜਾਵਾਂਗੇ। ਜੇ ਆਪਾਂ ਉਸ ਗਾਈਡ ਬੁੱਕ ਦੇ ਮੁਤਾਬਕ ਜਾ ਕੇ ਟਿਕਟ ਖਰੀਦੀਏ, ਵੀਜ਼ਾ ਲਈਏ, ਜਾ ਕੇ ਫਲੈਟ ਦੇ ਵਿੱਚ ਬੈਠੀਏ, ਤਾਂ ਫਿਰ ਉਸ ਹਵਾਈ ਜਹਾਜ਼ ਕੰਪਨੀ ਵਾਲਿਆਂ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ। ਇੱਕ ਇਹਦੇ ਨਾਲ ਹੋਰ ਬੜਾ ਆਸਾਨ ਹੈ, ਇੱਕ ਆਦਮੀ ਅਮਰੀਕਾ ਤੋਂ ਆਇਆ ਹੈ, ਉਹ ਉੱਥੋਂ ਦਾ ਜਾਣੂ ਹੈ, ਅਗਰ ਆਪਾਂ ਉਸ ਦੀ ਸੰਗਤ ਤੋਂ ਫਾਇਦਾ ਉਠਾਈਏ ਤਾਂ ਆਪਾਂ ਨੂੰ ਕਿੰਨਾ ਆਸਾਨ ਹੋ ਜਾਏਗਾ। ਉਹ ਟਿਕਟ ਵੀ ਲਏਗਾ, ਉਹ ਵੀਜ਼ਾ ਵੀ ਜਾ ਕੇ ਲੈ ਆਏਗਾ, ਉਹ ਸਾਨੂੰ ਅੱਗੇ ਵੀ ਕੋਈ ਤਕਲੀਫ ਨਹੀਂ ਹੋਣ ਦੇਵੇਗਾ ਅਮਰੀਕਾ ਦੇ ਵਿੱਚ, ਕਿਉਂਕਿ ਉੱਥੋਂ ਦਾ ਉਹ ਰਹਿਣ ਵਾਲਾ ਹੈ, ਉੱਥੋਂ ਦਾ ਉਹ ਵਾਕਫ ਹੈ। ਅੱਗੇ ਆਪਣੇ ਵਾਸਤੇ ਕਾਰ ਖੜੀ ਹੋਏਗੀ, ਜਾਂਦਿਆਂ ਨੂੰ ਆਪਣੇ ਵਾਸਤੇ ਕੋਠੀ ਤਿਆਰ ਹੋਏਗੀ, ਹਰ ਚੀਜ਼ ਤਿਆਰ ਹੋਏਗੀ। ਸੋ ਇਸੇ ਤਰ੍ਹਾਂ ਆਪ ਪਿਆਰ ਨਾਲ ਕਹਿੰਦੇ ਹੈ ਕਿ ਸੰਤ ਮਹਾਤਮਾ ਉਸ ਮਾਲਕ ਦੇ ਭੇਜੇ ਹੋਏ ਹੁੰਦੇ ਹੈ, ਅਸੀਂ ਸਾਰਾ ਦਿਨ ਇਹਨਾਂ ਗਾਈਡ ਬੁੱਕਾਂ ਨੂੰ ਤੱਕੜ ਪੜ ਕੇ ਹੱਥਾਂ ਦੇ ਉੱਤੇ ਗਿਣੀ ਜਾਂਦੇ ਹੈ, ਉਮਰਾਂ 'ਤੇ ਇਹਨਾਂ ਨੂੰ ਯਾਦ ਕਰੀ ਜਾਂਦੇ ਹੈ, ਲੇਕਿਨ ਅੰਦਰ ਨਾ ਘਰ ਦੇ ਘਰ ਬੈਠੇ ਰਹਿ ਜਾਂਦੇ ਹਾਂ, ਨਾ ਅਸੀਂ ਅੰਦਰ ਜਾ ਕੇ ਨਜ਼ਾਰੇ ਲੈਂਦੇ ਹਾਂ, ਨਾ ਅਸੀਂ ਉਹ ਸੱਖਾਂ ਨੂੰ ਜਾ ਕੇ ਦੇਖਦੇ ਹਾਂ, ਨਾ ਅਸੀਂ ਦੇਖ ਹੀ ਸਕਦੇ ਹਾਂ। ਸੋ ਇਹ ਇਸ ਤਰ੍ਹਾਂ ਹੁੰਦਾ ਹੈ ਕਿ ਜਿਸ ਤਰ੍ਹਾਂ ਕਿਸੇ ਮਹਾਜਨ ਦੀ ਵਹੀ ਹੈ ਉਹਦੇ ਵਿੱਚ ਪੈਸਿਆਂ ਦਾ ਵੇਰਵਾ ਲਿਖਿਆ ਹੁੰਦਾ ਹੈ। ਅਗਰ ਕੋਈ ਆਦਮੀ ਇਹ ਕਹੇ ਕਿ ਮੈਂ ਮਹਾਜਨ ਦੀ ਵਹੀ ਚੁੱਕ ਕੇ ਲੈ ਜਾਵਾਂ, ਸ਼ਾਇਦ ਉਹਦੇ ਪੈਸੇ ਚੁੱਕ ਕੇ ਲੈ ਜਾਊਂਗਾ, ਨਹੀਂ ਕਿਹਾ ਜੋ ਵਹੀ ਦੇ ਵਿੱਚ ਤਾਂ ਪੈਸਿਆਂ ਦਾ ਵੇਰਵਾ ਹੁੰਦਾ ਹੈ ਕਿ ਕਿਸਨੇ ਪੈਸੇ ਹੈ, ਕਿਸ ਤੋਂ ਲੈਣਾ ਹੈ। ਪੈਸੇ ਤਾਂ ਉਸਦੀ ਤਜੋੜੀ ਦੇ ਅੰਦਰ ਹੁੰਦੇ ਹੈ, ਰਕਮ ਤਾਂ ਉਹਦੀ ਤਜੋੜੀ ਦੇ ਅੰਦਰ ਹੈ, ਗੋਲੀ ਉਹਦੀ ਤਜੋੜੀ ਦੇ ਅੰਦਰ ਹੈ। ਇਸੇ ਤਰ੍ਹਾਂ ਇਹ ਸ਼ਾਸਤਰ ਜਿਹੜੇ ਹੈ ਇਹ ਪੜ੍ਹਨੇ ਬੁਰੇ ਨਹੀਂ, ਲੇਕਿਨ ਜਿਵੇਂ ਸਾਨੂੰ ਕਹਿੰਦੇ ਆ ਉਵੇਂ ਕਰਨਾ ਵੀ ਜ਼ਰੂਰੀ ਹੈ। ਮੈਂ ਦੱਸਦਾ ਹੁੰਦਾ, ਪੜ੍ਹਿਆ ਇਲਮ ਅਮਲ ਨਾਲ ਕੀਤਾ, ਪੜ੍ਹਿਆ ਫਿਰ ਪੜ੍ਹਾਇਆ ਕੀ, ਆਦਤ ਖੋਟੀ ਨਾ ਗੁਆਈ। ਆਪ ਪਿਆਰ ਨਾਲ ਕਹਿੰਦੇ ਜੇ ਖੋਟੀ ਆਦਤ ਹੀ ਨਾ ਗੁਆਈ, ਪੜ੍ਹੇ ਮੰਦਰ 'ਚ ਜਾਏ, ਰੋਜ਼ ਸ਼ਰਾਬ ਵੀ ਪੀਤੀ, ਵਿਗੜੀ ਖਾਧਾ, ਚੁਗਲੀ ਨਿੰਦਿਆ ਵੀ ਕੀਤੀ, ਵਿਸ਼ੇ ਵਕਾਰ ਵੀ ਉੱਤੇ ਰਹੇ, ਆਪ ਕਹਿੰਦੇ ਕੀ ਸਾਡਾ ਪੜ੍ਹੇ ਦਾ ਫਾਇਦਾ ਹੈ, ਕੀ ਪੰਡਿਤ ਜਾਂ ਭਾਈ ਨੂੰ ਸਭ ਦੇ ਘਰੇ ਪੜ੍ਹਾਉਣ ਦਾ ਫਾਇਦਾ ਹੈ। ਆਮ ਤੌਰ 'ਤੇ ਅਸੀਂ ਕੀ ਕਰਦੇ ਹਾਂ, ਖੁਦ ਵੀ ਮਹਾਤਮਾ ਦੇ ਲਿਖੇ ਹੋਏ ਗ੍ਰੰਥ ਆਪਾਂ ਪੜ੍ਹਦੇ ਹੋਈਏ, ਬੇਹਤਰਤਾ ਹੈ ਕਿ ਆਪਾਂ ਘਰੇ ਬਹਿ ਵਿਗੜੀਏ, ਉਹਨਾਂ ਦੀ ਕਮਜ਼ੋਰੀ ਦਾ ਪਤਾ ਲੱਗੇ ਸਾਨੂੰ ਕਿ ਸਾਡੇ ਕੀ ਕਮਜ਼ੋਰੀਆਂ, ਮਹਾਤਮਾ ਨੇ ਕੀ ਲਿਖਿਆ ਸਾਡੇ ਵਾਸਤੇ, ਸਾਡੇ ਭੁੱਲਣ ਮਨ 'ਤੇ ਕਿਹਦੇ ਦਾ ਅਸਰ ਹੋ ਗਈ। ਲੇਕਿਨ ਅਸੀਂ ਕੀ ਕਰਦੇ ਹਾਂ, ਅਸੀਂ ਠੇਕੇ 'ਤੇ ਪੜ੍ਹਾਉਣ ਲੱਗੇ ਪਏ ਹਾਂ, ਪੰਡਿਤ ਜਾਂ ਭਾਈ ਜਾਂ ਮੌਲਵੀ ਘਰ ਦੇ ਜਿਹੜੇ ਵਿਚਾਰਾ ਪੜ੍ਹ ਰਿਹਾ ਹੈ, ਅਸੀਂ ਸਿਰਲੇ 'ਚ ਫਿਰਦੇ ਹਾਂ ਜਾਂ ਗਾਹਾਂ ਨਾਲ ਮੱਥਾ ਮਾਰਦੇ ਹੁੰਦੇ ਹਾਂ, ਦਿੱਲੀ ਵਿੱਚ ਖਿਆਲ ਆਉਂਦਾ ਹੈ, ਪਤਾ ਨਹੀਂ ਅਸੀਂ ਕਿੰਨਾ ਭੁੱਲ ਖੱਟ ਰਹੇ ਹਾਂ। ਸੋ ਪਿਆਰਿਓ, ਜੇ ਅਗਰ ਇੰਨਾ ਹੀ ਸਸਤਾ ਸੌਦਾ ਹੋਵੇ ਮੁਕਤੀ ਪ੍ਰਾਪਤ ਕਰਨ ਦਾ, ਤਾਂ ਕਿਹਦਾ ਕਿਹਨੂੰ ਔਖਾ ਹੈ। 10 ਰੁਪਏ ਖਰਚ ਕੀਤੇ, ਅਰਦਾਸ ਕੀਤੀ, ਆਰਤੀ ਕਰਾਈ, ਮੁਕਤ ਹੋ ਜਾਂਦੇ, ਲਿਖੀਆਂ ਬੁਰੀਆਂ ਨੂੰ ਇੰਨੇ ਨੇ ਕਸ਼ਟ ਉਠਾਉਣ ਦਾ ਕੀ ਫਾਇਦਾ ਸੀ। ਗੁਰੂ ਨਾਨਕ ਨੇ 11 ਸਾਲ ਡਿੱਗ ਦੀਆਂ ਰੋੜਾਂ ਦਾ ਵਿਛਾਉਣਾ ਕੀਤਾ। ਪੌਣ ਦਾ ਆਹਾਰ ਕੀਤਾ, ਰੁੱਖ ਬਿਆਸ ਕੱਢੀ ਕਿ ਉਹ ਨਹੀਂ ਕਰ ਸਕਦੇ ਸੀ। ਗੁਰੂ ਗੋਬਿੰਦ ਸਿੰਘ ਨੇ ਖੁਦ ਬੜੀ ਸਭ ਨਾਲ ਕਸ਼ਟ ਬੈ ਕੀਤੀ ਸੀ ਕਿ ਉਹ ਨਹੀਂ ਕਰ ਸਕਦੇ ਸਨ। ਤੁਸੀਂ ਕਿਸੇ ਮਹਾਤਮਾ ਦੀ ਬਾਣੀ ਪੜ੍ਹ ਕੇ ਦੇਖ ਲਓ, ਮਹਾਰਾਜ ਕਿਰਪਾਲ ਦਾ ਤੁਸੀਂ
ਬਹੁਤ ਸਾਰੇ ਪ੍ਰੇਮੀ ਹੈ ਜਿਹਨਾਂ ਨੇ ਅੱਖਾਂ ਨਾਲ ਉਹਨਾਂ ਨੂੰ ਦੇਖਿਆ ਕਿ ਕਿੰਨੀ ਉਹਨਾਂ ਦੀ ਸਾਧਨਾ ਸੀ, ਪਾਣੀ ਦੇ ਵਿੱਚ ਖੜੋ ਖੜੋ ਕੇ ਕਰਦੇ ਰਹੇ। ਮਹਾਰਾਜ ਸਾਵਣ ਸਿੰਘ ਦਾ ਬਹੁਤ ਪ੍ਰੇਮੀ ਹੈ, ਜਿਹਨਾਂ ਨੂੰ ਪਤਾ ਹੈ ਕਿ ਕਿਸ ਤਰ੍ਹਾਂ ਉਹ ਰਾਤਾਂ ਜਾਗਦੇ ਰਹੇ। ਕਈ ਕਈ ਰਾਤਾਂ ਅੰਦਰੋਂ ਬਾਹਰ ਨਹੀਂ ਆਉਂਦੇ ਸਨ। ਆਪਦੇ ਸੁਣੀਏ ਉਹਨੇ ਕਹਿ ਰੱਖਿਆ ਸੀ ਕਿ ਬਈ ਫੁਰਤਾ ਬਣਾ ਕੇ ਇੱਥੇ ਰੱਖ ਦੀ, ਤੈਨੂੰ ਮੈਨੂੰ ਉਠਾਉਣ ਦੀ ਜ਼ਰੂਰਤ ਨਹੀਂ। ਸੋ ਪਿਆਰਿਓ, ਉਹ ਕਿਹੜਾ ਪੜ੍ਹੇ ਨਹੀਂ ਸਨ? ਨਹੀਂ, ਮਹਾਤਮਾ ਸਾਨੂੰ ਦੱਸਦੇ ਹੈ ਕਿ ਇਹ ਜਿਹੜਾ ਨਾਮ ਹੈ ਮੁਕਤੀ ਦਾਤਾ ਹੈ, ਅਸੀਂ ਇਹ ਤਾਂ ਸੋਚਦੇ ਹਾਂ ਮੁਕਤੀ ਨਾਮ ਕਿਉਂ ਹੈ, ਲੇਕਿਨ ਅਸੀਂ ਇਹ ਨਹੀਂ ਸੋਚਦੇ ਨਾਮ ਮਿਲਦਾ ਕਿੱਥੋਂ ਹੈ। ਨਾਮ ਕੀ ਤਾਕਤ ਹੈ? ਨਾਮ ਤਾਕਤ ਹੈ ਜਿਸਦੇ ਰਾਸਤੇ ਸਾਡੇ ਖੰਡ ਬਰਮਨ ਤੁਰ ਰਹੇ ਹੈ। ਪਲਟੂ ਸਾਹਿਬ ਕਹਿੰਦੇ, ਜੇ ਕੋਈ ਚਾਹੇ ਨਾਮ ਤੋਂ ਨਾਮ ਅਨਾਮ ਹੈ, ਪੜ੍ਹਨ ਲਿਖਣ ਲਈ ਨਾਹੇ ਨੇ ਅਕਸ਼ਰ ਕਾਮ ਹੈ, ਰੂਪ ਕਹੋ ਪਰ ਰੂਪ ਪਵਨ ਰੇਤ ਤੇ ਹਾਰ ਪਲਟੂ ਗਏ ਤੇ ਨਾਮ ਸੰਤ ਕੋ ਦੇਖਦੇ। ਸੰਤਾਂ ਦਾ ਅੰਤ ਖੁੱਲਿਆ ਹੁੰਦਾ ਹੈ, ਉਹ ਕੋਈ ਦੇਖਦੇ ਹੈ। ਸੋ ਇਸ ਵਾਸਤੇ ਆਪ ਪ੍ਰਾਰਥਨਾ ਕਹਿੰਦੇ ਆ, ਉਹ ਅਨਾਮ ਹੈ, ਉਹ ਲਫ਼ਜ਼ ਨਹੀਂ ਗਾ, ਉਹ ਤਾਕਤ ਹੈ। ਮਿਸ਼ਰੀ ਹੋਰ ਹੈ, ਮਿਸ਼ਰੀ ਦਾ ਲਫ਼ਜ਼ ਹੋਰ ਹੈ, ਸਵਾਦ ਹੋਰ ਹੈ। ਜੇ ਆਪਾਂ ਸਾਰਾ ਦਿਨ ਰੋਟੀ ਰੋਟੀ ਕਰੀ ਜਾਈਏ ਕਿ ਆਪਣਾ ਪੇਟ ਭਰ ਜਾਏਗਾ, ਰੋਟੀ ਹੋਰ ਹੈ, ਰੋਟੀ ਦਾ ਲਫ਼ਜ਼ ਕੋਈ ਹੋਰ ਹੈ। ਜੇ ਕੌਣ ਕੌਣ ਕਰੀ ਜਾਈਏ ਕਿ ਆਪਾਂ ਸ਼ਾਹੂਬਾਗ ਹੋ ਜਾਵਾਂਗੇ, ਕੌਣ ਕੋਈ ਹੋਰ ਚੀਜ਼ ਹੈ, ਲਫ਼ਜ਼ ਕੋਈ ਹੋਰ ਚੀਜ਼ ਹੈ। ਇਸੇ ਤਰ੍ਹਾਂ ਸੰਤ ਮਹਾਤਮਾ ਸਾਨੂੰ ਕਹਿੰਦੇ ਹੈ ਕਿ ਆਪਾਂ ਸਾਰਾ ਦਿਨ ਅੱਲਾ ਅੱਲਾ ਰਾਮ ਰਾਮ ਵਾਹਿਗੁਰੂ ਵਾਹਿਗੁਰੂ ਗਾੜ ਗਾੜ ਕਰੀ ਜਾਵਾਂਗੇ ਕਿ ਉਹ ਸਾਨੂੰ ਮਿਲ ਜਾਏਗਾ? ਨਹੀਂ, ਜਿਸ ਤਾਕਤ ਦੀ ਲੰਘ ਮਹਿਮਾ ਕਰਦੇ ਹੈ ਉਹ ਤਾਕਤ ਨੂੰ ਮਿਲਣਾ ਜਾਣਾ, ਉਸਨੂੰ ਕੌਣ ਬੁਲਾਉਂਦਾ ਹੈ? ਇਹ ਸਾਨੂੰ ਤੁਹਾਡੇ ਅੱਗੇ ਗੁਰੂ ਰਾਮਦਾਸ ਜੀ ਮਹਾਰਾਜ ਦਾ ਸ਼ਬਦ ਰੱਖਿਆ ਜਾਂਦਾ ਹੈ, ਗੌਰ ਨਾਲ ਸੁਣਨ ਵਾਲਾ ਹੈ, ਤੁਹਾਡਾ ਜਿਹਾ ਸ਼ਬਦ ਹੈ। ਆਪ ਪਿਆਰ ਨਾਲ ਕਹਿੰਦੇ ਹੈ ਕਿ ਦੁਨੀਆਂ ਦੇ ਕਿਸੇ ਵੀ ਸਮਾਨ ਦੇ ਅੰਦਰ ਤ੍ਰਿਪਤੀ ਨਹੀਂ, ਸ਼ਾਂਤੀ ਨਹੀਂ। ਅੱਜ ਦੇ ਯੁੱਗ ਵਿੱਚ ਕਿੰਨੀ ਤਰੱਕੀ ਕੀਤੀ ਹੈ, ਹਵਾਈ ਜਹਾਜ਼ ਦਾ ਯੁੱਗ ਹੈ, ਦੁਨੀਆਂ ਇੱਕ ਮਹੱਲਾ ਬਣ ਕੇ ਰਹਿ ਗਈ ਹੈ। ਅੱਗੇ ਹਰਿਦੁਆਰ ਜਾਂਦੇ ਸੀਗੇ, ਕਈ ਕਈ ਮਹੀਨੇ ਲੱਗ ਜਾਂਦੇ ਸੀ, ਜਿਹੜਾ ਵਿਚਾਰਾ ਜਾਂਦਾ ਸੀਗਾ ਕਿੰਨਾ ਉਹ ਮੁਸ਼ਕਲ ਹੁੰਦਾ ਸੀਗਾ। ਤੋ ਅੱਜ ਅਸੀਂ ਅਮਰੀਕਾ ਸੁਭਾਅ ਇੱਥੇ ਹੈ, ਸ਼ਾਮ ਨੂੰ ਅਮਰੀਕਾ ਚਲੇ ਜਾਂਦੇ ਹਾਂ। ਕਿੰਨੇ ਕਿੰਨੇ ਲੋਕਾਂ ਨੇ ਐਟਮ ਬਣਾਏ ਹੈ, ਦੁਨੀਆਂ ਨੂੰ ਤਬਾਹ ਕਰਨ ਦਾ ਉਹ ਕੰਮ ਕਰਦੇ ਹੈ, ਲੇਕਿਨ ਕੀ ਅੱਜ ਦਾ ਇਨਸਾਨ ਸ਼ਾਂਤ ਹੈ, ਕੀ ਤ੍ਰਿਪਤ ਹੈ? ਨਹੀਂ, ਜ਼ਿਆਦਾ ਸਹਿਮਿਆ ਹੋਇਆ ਹੈ। ਇਹਦੀ ਤਰੱਕੀ ਨਹੀਂ ਤਾਂ ਅਸੀਂ ਸਾਰਾ ਦਿਨ ਬਾਤ ਕਰਦੇ ਹਾਂ, ਲੇਕਿਨ ਕਦੇ ਸੋਚਿਆ ਹੈ ਕਿ ਸਾਨੂੰ ਕੋਈ ਤ੍ਰਿਪਤੀ ਹੈ, ਸ਼ਾਂਤੀ ਹੈ? ਜਿੰਨੀ ਜ਼ਿਆਦਾ ਮਾਇਆ, ਜਿੰਨੀ ਜ਼ਿਆਦਾ ਅਸੀਂ, ਉਤਨੀ ਅਸੀਂ ਪਰੇਸ਼ਾਨ ਹੁੰਦੇ ਹਾਂ। ਮਹਾਰਾਜ ਸਾਵਣ ਸਿੰਘ ਮਿਸਾਲ ਦਿੰਦੇ ਹੁੰਦੇ ਸੀਗੇ ਕਿ ਇੱਕ ਸ਼ਬਦ ਕਰਨ ਦਾ ਘਰ ਸੀਗਾ, ਇੱਕ ਪਾਸੇ ਮਰਾਸੀਆਂ ਦਾ ਘਰ ਸੀ ਗਰੀਬਾਂ ਦਾ। ਉਹਨਾਂ ਨੇ ਸ਼ਾਮ ਨੂੰ ਸੁਨੇਹਾ ਸੌਂ ਜਾਣਾ, ਸੁਬਾਹ ਵੱਡੇ ਸਾਰੇ ਦਿਨ 8-9 ਵਜੇ ਉੱਠਣਾ, ਔਰ ਜਿਹੜਾ ਸ਼ਬਦ ਕਰਨ ਦਾ ਘਰ ਸੀ ਉੱਥੇ ਮਾਇਆ ਜਾਂਦੇ ਸੀ। ਜੇ ਰਾਤ ਨੂੰ ਉਹਦੇ ਭਾਂਡਾ ਚੂਹੇ ਨੇ ਵੀ ਖੜਕਾਇਆ ਹੈ, ਸ਼ੇਖ ਨੇ ਕਿਹੜਾ ਦੇਖਦਾ ਸੀ, ਕੋਈ ਤੋੜਦਾ ਨਹੀਂ। ਉਹ ਸਾਰੀ ਰਾਤ ਜਾਗਦੇ ਰਹਿੰਦੇ। ਇੱਕ ਦਿਨ ਸ਼ੇਖਾਣੀ ਦੇ ਦਿਲ 'ਚ ਖਿਆਲ ਆਇਆ ਕਿ ਸਾਡੇ ਜਿਹੜੇ ਪੜੋਸ ਵਾਲੇ ਹੈ ਇਹ ਹਰ ਲੋਕ ਬੜੇ ਆਰਾਮ ਦੀ ਨੀਂਦ ਪੈਂਦੇ ਹੈ। ਉਹਨੇ ਉਸਨੂੰ ਦੱਸਿਆ, ਉਹਨੇ ਕਿਹਾ ਇਹ ਤੈਨੇ ਬੜਾ ਬੁਰਾ ਖਿਆਲ ਕੀਤਾ ਹੈ। ਉਸਨੇ ਕੀ ਕੀਤਾ? ਉਸਨੂੰ ਤਾਂ ਨਾਮ ਦੱਸਿਆ, ਇੱਕ ਕੰਮ 100 ਰੁਪਇਆ ਉਹਨਾਂ ਨੇ ਕਨੈਕਸ਼ਨ ਦਿੱਤਾ। ਉਹ ਮਰਾਸਰ ਨੇ ਦੇਖਿਆ ਵੀ 1 ਰੁਪਇਆ ਹੋਰ ਹੁੰਦਾ, ਕਿਉਂਕਿ ਮਾਇਆ ਆਏ ਸੀ ਮੋਹਣੀ ਭਾਈ ਜੇਤੇ ਜੀਤੇ ਤੇ ਲਿਖਾਈ, ਇਹ ਆਪ ਹੀ ਸਾਨੂੰ ਵਸ ਵਿੱਚ ਪਾ ਲੈਂਦੀ ਹੈ, ਅੰਦਰ ਤ੍ਰਿਸ਼ਨਾ ਪੈਦਾ ਕਰਦੀ ਹੈ। ਬਸ ਗਿਰਦੇ ਹੀ ਖਿਆਲ ਆਇਆ ਕਿ ਇੱਕ ਹੋਰ ਹੁੰਦਾ ਤੇ ਪੂਰਾ 100 ਹੋ ਜਾਂਦਾ। ਹੁਣ ਮਰਾਸੀ ਨੂੰ ਨਸ਼ਾ ਪੀਣ ਦੀ ਆਦਤ ਸੀ, ਉਹ ਜਿਹੜਾ ਉਹ ਬਾਹਰੋਂ ਕਮਾ ਕੇ ਲਿਆਉਂਦੀ ਸੀ, ਥੋੜ੍ਹਾ ਬਹੁਤ ਕਰਕੇ ਘਰਾਂ ਵਿੱਚ ਕੰਮ ਕਰਕੇ ਉਹ ਮਰਾਸੀ ਉਹਦਾ ਨਸ਼ਾ ਪੀ ਜਾਂਦਾ ਸੀ। ਉਹ ਉਸਨੂੰ ਹਟਾਵੇ ਰੋਜ਼ ਬਈ 100 ਰੁਪਇਆ ਪੂਰਾ ਹੋ ਜਾਵੇ ਜੇ ਤੂੰ ਇਹ ਨਸ਼ਾ ਵਗੈਰਾ ਛੱਡ ਦੇ। ਉਹ ਹੁਣ ਛੱਡ ਨਾ ਸਕੇ, ਉਹ ਰੋਜ਼ ਲੜਕੇ ਪਿਆ ਕਰ। ਉਹ ਸ਼ੇਖਾਣੀ ਕਹਿਣ ਲੱਗੀ, ਮਹਾਰਾਜ ਜੀ ਇਹ ਬੜੇ
शांति के रोज राम ना पहले से होवे ना ते घरे दी लड़ाई पई हुई है। वो कहता हां ए भी लड़ने वाले गेर च पई होया सौ पूरा हुंदा मेरा भी जान चुकी नहीं। गुरु नानक ने लिखिया भुखिया भुखना उतरे बंधा पुन्या भार। आप कह लगे कितना भी सारी दुनिया का धन दौलत आ जाए वो नहीं जाने कृष्णा वाले जो भी भुख जाने वाली। तो शांति के चीज है क्योंकि संत महात्मा का भी तजर्बा है। वो कहते नाम मिले मन तृप्ति है। ये हम थोड़े के गुरु रामदास जी महाराज की वाणी है। नाम मिले मन तृप्ति है बिन नाम है तेरी लाज। गुरु रामदास जी बड़े अच्छे महापुरुष सन। एक छाबड़ी ला के अपने गुजारा करते होंगे सके दसा महा की कृत करते सके। जब गुरु अमरदेव जी महाराज के घर को लंघे उस वेले सारे ऋषि तुसी जानते हो कि किस तरह उन्होंने लड़के में आए। तो उन्होंने अमरदेव जी महाराज के घरों पहल कह रहे थे कि लड़की का भी कोई फिक्र करो कोई ऐसा ही लड़का मिल जाए शादी कर दो। वो कह लगे कि ऐसा तो एक ही है। तो उदों वो छापड़ी लाई सी उंगलियां वेख के होंगे सी फिर आपने तन मन के नाल ये नहीं देखा कि मैं इन्हों का जवाई लगता है नहीं तो आम तौर पर की होंगे है जिस घर की शादी शादी हो जाए असं घट ही उस घर का आदर करके खुश होंगे हैं। लेकिन गुरु रामदास जी महाराज बड़े पवित्र आत्मा सन। उन्होंने अपने सहरे साहब कुल मालक समझिया इंसान नहीं समझिया। तो आप प्यार के नाल उन्हां दी सेवा करते रहे। हुण की कहते हैं नाम मिले मन तृप्ति है बिन नाम है तेरी निवास। मुक्ति नाम विच है शांति नाम विच है तृप्ति नाम विच है। तो कहते जे जिंदगी है तो नाम ही है। हाँ भाई श्री राग माला चौथा पन्ना 40 नामीले गुरु नानक साहब कहते मैं सुनिया सुनाइया गल कहता मैं
ਅੱਖੀ ਦੇਖਿਆ ਕਹਿੰਦਾ ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾਂ ਮੂੰਹਾਂ ਸੱਚ ਹੋਵੇ। ਉਹ ਕਹਿੰਦੇ ਅਸੀਂ ਅੱਖਾਂ ਨਾਲ ਦੇਖਿਆ, ਕਾਲ ਵੀ ਅੱਗੇ ਜਾ ਕੇ ਘਸਾ ਕੇ ਨੱਕ ਕਰਦਾ ਹੈ ਕਿ ਬਈ ਮਹਾਤਮਾ ਸੰਸਾਰ ਵਿੱਚ ਗਏ ਤੇ ਅੰਦਰੀਛਿਆ ਕੀ ਹੋਈ। ਗੁਰੂ ਸਾਹਿਬਾਨੀ ਚ ਲਿਖਦੇ ਆ, ਹੁੰਦਾ ਪ੍ਰਤੱਖ ਗੁਰੂ ਜੋ ਵਿਛੜੇ ਤੈਨੂੰ ਕੋ ਦਰ ਹੋਈ ਨਾਹੀਂ। ਸੰਤਾਂ ਤੋਂ ਬਗੈਰ ਸੰਸਾਰ ਸੁਣਨਾ ਨਹੀਂ ਹੁੰਦਾ ਗਾ, ਹਮੇਸ਼ਾ ਆਪਦੇ ਪਿਆਰਿਆਂ ਨੂੰ ਭੇਜਦਾ ਹੈ। ਸੰਸਾਰ ਵਿੱਚ ਸੰਤ ਆਏ ਹੋਣ, ਸਾਡੇ ਵੀ ਇੱਛਾ ਨਾ ਹੋਵੇ ਨਾਮ ਜਪਣ ਦੀ, ਨਾਮ ਲੈਣ ਦੀ। ਕਹਿਣ ਲੱਗੇ ਤੈਨੂੰ ਕੋ ਦਰ ਹੋਈ ਨਾਹੀਂ, ਉਹਨੂੰ ਪਰਮਾਤਮਾ ਦੇ ਅੱਗੋਂ ਦਾਖਲ ਨਹੀਂ ਹੋਣ ਦਿੰਦਾ ਗਾ। ਹੁਣ ਤੁਸੀਂ ਦੇਖ ਲਓ ਅਸੀਂ ਕਿਸ ਤਰ੍ਹਾਂ ਬਾਹਰ ਰੀਤੀ ਰਿਵਾਜ ਦੀ ਖਾਤਰ ਕਿੱਥੇ ਸਾਊਦੀ ਅਰੇਬੀਆ ਦੇ ਵਿੱਚ ਮੱਕਾ, ਕਿੱਡੀ ਆਪਾਂ ਲੰਬੀ ਯਾਤਰਾ ਕਰਦੇ ਹਾਂ, ਕਿੱਥੇ ਅਮਰਨਾਥ ਦੀ ਗੁਫਾ ਹੈ, ਕਿਵੇਂ ਬਰਫ਼ ਪੈਂਦੀ ਹੈ, ਕਿੱਥੇ ਸਾਡੇ ਪੰਜਾਬ ਚੋਂ ਦੱਖਣ ਦੇ ਵਿੱਚ ਹਜ਼ੂਰ ਸਾਹਿਬ ਆਉਂਦੇ ਹੈ। ਮੈਂ ਖੁਦ ਕਈ ਜਗ੍ਹਾ ਦੇ ਉੱਤੇ ਗਿਆ ਹੈ ਲੰਬੀਆਂ ਯਾਤਰਾ ਕਰਕੇ, ਕਈ ਦਫ਼ਾ ਹਜ਼ੂਰ ਸਾਹਿਬ ਲੰਬੀ ਯਾਤਰਾ ਕਰਕੇ ਆਇਆ ਹੈ। ਕਾਹਦੇ ਵਾਸਤੇ? ਪਰਮਾਤਮਾ ਨੂੰ ਮਿਲਣ ਵਾਸਤੇ। ਲੇਕਿਨ ਜੇ ਨਾਮ ਦਾ ਭੰਡਾਰੀ ਮਹਾਤਮਾ ਸਾਡੇ ਘਰ 'ਚ ਵੀ ਆ ਜਾਵੇ ਤਾਂ ਸਾਡੇ ਵਿੱਚ ਨਾ ਲਿਖਿਆ ਉੱਥੇ ਨਾ ਹੀ ਉੱਥੇ। ਤੁਸੀਂ ਗੁਰੂ ਨਾਨਕ ਦੀ ਹਿਸਟਰੀ ਪੜ੍ਹ ਕੇ ਦੇਖ ਲਓ ਤੇ ਗੁਰੂ ਨਾਨਕ ਨੂੰ ਹਰ ਇੱਕ ਪਰਮਾਤਮਾ ਨੂੰ ਸਮਝਦੇ ਸੀਗੇ, ਲੇਕਿਨ ਮਾਤਾ ਪਿਤਾ ਉਹਨਾਂ ਨੂੰ ਥੱਪੜਾਂ ਨਾਲ ਹੀ ਕੁੱਟਦੇ ਰਹੇ। ਇਹ ਹੀ ਕਹਿੰਦੇ ਸਨ ਇਹ ਕਿਸੇ ਕਾਰੇ ਲੱਗ ਜਾਵੇ, ਇਹਨੂੰ ਸੋਝ ਹੀ ਨਹੀਂ। ਜੇ ਉਹਨਾਂ ਨੂੰ ਇਹ ਪਤਾ ਹੁੰਦਾ ਕਿ ਇਹ ਕਿਸੇ ਤਾਕਤ ਦਾ ਮਾਲਕ ਹੈ, ਸਾਡੇ ਘਰ ਜਿਹੜਾ ਇਹ ਬੱਚਾ ਆਇਆ ਹੈ ਇਹ ਪਰਮਾਤਮਾ ਆਇਆ ਹੋਇਆ ਹੈ। ਆਖਰ ਗੁਰੂ ਨਾਨਕ ਦੇ ਮਾਤਾ ਪਿਤਾ ਨੇ ਬੁਢਾਪੇ ਬਾਰੇ ਬੇਨਤੀ ਕੀਤੀ, ਇਹ ਨਾਨਕ ਸਾਨੂੰ ਤੇਰੀ ਲੀਲਾ ਦਾ ਗਿਆਨ ਨਹੀਂ ਆਇਆ, ਉਹ ਨਾਮ ਜਿਹੜੇ ਤੂੰ ਮਹਿਮਾ ਕਰਦਾ ਉਹ ਕੀ ਹੈ, ਕੀ ਉਹ ਸੌਖਾ ਲੈ ਲਈਦਾ ਹੈ? ਉਹ ਕਹਿੰਦੇ ਆਖਣ ਔਖਾ ਸੁਣਨ ਔਖਾ, ਉਹ ਕਹਿਣਾ ਵੀ ਔਖਾ ਸੁਣਨਾ ਵੀ ਔਖਾ। ਤੁਸੀਂ ਮਹਾਤਮਾ ਦੀ ਹਿਸਟਰੀ ਪੜ੍ਹ ਕੇ ਦੇਖ ਲਓ ਕਿਸ ਤਰ੍ਹਾਂ ਉਹ ਬੁੱਢੇ ਬਾਰੇ ਬਿਮਾਰ ਕਿੰਨੇ ਕਿੰਨੇ ਲੰਬੇ ਸਫ਼ਰ ਕਰਦੇ ਹੈ। ਪਲਟੂ ਸਾਹਿਬ ਕਹਿੰਦੇ ਹੈ ਉਹਨੇ ਕਿਹਾ ਹੈ ਚਾਹ ਫਿਰ ਹੈ ਮੁਲਕ ਬਥੇਰਾ, ਜੀਵ ਤਾਰਨ ਕਾਰਨ ਸਹਿੰਦੇ ਦੁੱਖ ਹਨੇਰਾ। ਉਹਨਾਂ ਨੇ ਕੀ ਦੁਨੀਆਂ ਦੀ ਮਾਨ ਵਡੇਰੀ ਲੈਣੀ ਜਾ ਕੇ ਕਿ ਧਨ ਦੌਲਤ ਇਕੱਠਾ ਕਰਨਾ। ਕਹਿੰਦੇ ਇਹ ਹੀ ਤਾਂ ਉਹਨਾਂ ਦੇ ਦਿਲ ਦੇ ਵਿੱਚ ਕੋਈ ਚੈਨ ਨਹੀਂ ਹੁੰਦੀ ਸੀ, ਸਿਰਫ ਆਤਮਾ ਦੀ ਖਾਤਰ। ਆਪਾਂ ਕੱਲ੍ਹ ਸਵਾਮੀ ਜੀ ਮਹਾਰਾਜ ਦਾ ਸ਼ਬਦ ਪੜ੍ਹਿਆ ਸੀਗਾ, ਉਹਦੇ ਵਿੱਚ ਆਇਆ ਸੀ ਕਿ ਦਿਆ ਤੁਮਾਰੀ ਮੋਹ ਸਤਾਈ, ਆਤਮਾ ਦੇ ਉੱਤੇ ਦਿਆ ਆਉਂਦੀ ਹੈ, ਇਸ ਵਾਸਤੇ ਉਹ ਲੰਬੀਆਂ ਯਾਤਰਾ ਕਰਦੇ ਹੈ। ਉਹ ਕਹਿਣ ਦਾ ਭਾਵ ਗੁਰੂ ਸਾਹਿਬ ਦਾ ਕੋਈ ਗੁਰਮੁਖ ਸੱਜਣ ਜੇ ਨਾ ਪਿਆਰ ਨਾ ਕਰਦੇ ਕੋਈ ਗੁਰਮੁਖ ਸੱਜਣ ਮੈਨੂੰ ਮਿਲ ਜਾਵੇ, ਉਹ ਮੇਰੇ ਅੰਦਰ ਨਾਮ ਦਾ ਪ੍ਰਕਾਸ਼ ਕਰ ਦੇਵੇ, ਅਗਿਆਨਤਾ ਦਾ ਮੇਰਾ ਦੂਰ ਕਰ ਦੇਵੇ। ਕਹਿਣ ਲੱਗੇ ਮੈਂ ਉਸ ਤੋਂ ਕੁਰਬਾਨ ਜਾਣਾ ਹੈ, ਬਲਿਹਾਰ ਜਾਣਾ ਹੈ ਜੀ। ਕੋਈ ਗੁਰਮੁਖ ਸੱਜਣ ਗੁਰੂ ਸਾਹਿਬ ਕਹਿੰਦੇ ਆ ਕਿ
ਮੁਖ ਗੁਰੂ ਸਲਾਹੀਏ ਗੁਰੂ ਕਰਮ ਕਾਰਨ ਸਮਰੱਥ। ਗੁਰੂ ਪੰਜਵੇਂ ਪਾਤਸ਼ਾਹ ਕਹਿੰਦੇ ਹੈ, ਵਰਤ ਕਰੇ ਚੰਦ ਰਹਿਣਾ ਸੇ ਕਿਸੇ ਦਾ ਲੇਖਣ, ਤਿਲ ਕਰੇ ਇਸ਼ਨਾਨ ਕਰ ਅੰਤਰ ਕਾ ਲੇਖਣ, ਭੀਖੀ ਪ੍ਰਭੂ ਨਾ ਲੱਭੀ ਤਮ ਸੱਚੀ ਸਿੱਖਣ, ਤਿਨ ਜਨਮ ਸਵਾਲਿਆ ਆਪਣਾ ਜਿਨ ਗੁਰ ਅੱਖੀ ਦੇਖੇ। ਜਿਹਨੇ ਸ਼ਰਧਾ ਨਾਲ ਪਿਆਰ ਨਾਲ ਪੂਰੇ ਮਹਾਤਮਾ ਦੇ ਦਰਸ਼ਨ ਵੀ ਕਰ ਲਏ ਹੈ, ਉਹਦੀ ਵੀ ਸਵਾਲ ਹੋ ਜਾਂਦੀ ਹੈ ਜੀ। ਓਮ ਤਿਸ ਜੀਵਨ ਨਾ ਕੀਏ
रत्ना का रत्न है पर ना किसे पढ़ पढ़ाई को मिलता है ना किसे गोसा ना मिलता है ना किसी से मुल ले सकते हैं ना गीता जो पाल सकते हैं ना हुकूमत से जोड़ के उसे प्राप्त कर सकते हैं क्योंकि संतान को गुरुआ को नाम है वो कितना बंदे है उनके दस्ते हैं नाम अमोलक रत्न है पूरे सतगुर पास सतगुर कमाई कर रहा है पिता जो बढ़ता है उस बेटे से भी लैन में रख दिया है जिला नलायक है कहे कहानी का पिता उसको किन्ना आपके कानून छुपा के रखता है कि एक पागल है इस रावण बाबा ने जला देगा इसे नौकरी होगी इसे तरह जो उसी सतगुरु के कहने के चलते हैं वो जो कहने मुताबिक शब्द नाम की कमाई करते हैं सब शब्द अभ्यास करते हैं कट रतन दे प्रकाश वो भी नाम का मूल कट के अगे रख दिता है कि जे प्यारे बेटा ये तेरे वास्ते मैं सामभ के रखा है गुरु आपकी सारिया बरकत लग के ऐसे सेवक के अंदर बैठ जाता है सो प्यारे हो जो भी उन्होंने कहने के मुताबिक आपके जीवन ढाल लगता है क्योंकि महात्मा कोई भी वंडियां पाने वास्ते नहीं आता गा कि तुसी हिंदू हो सिख हो ईसाई हो मुसलमान हो तो प्यारे ये महात्मा का मिशन नहीं गुरु अर्जन देव जी महाराज कहते हैं होए अकत्तर मिलो मेरे भाई दुखता दूर करो लाए हर नामे के हो जोड़ी गुरु बैठो सदा बछाए वो तो सब समाजा को इकट्ठे कर दे देखो प्यारे आत्मा एक है परमात्मा एक है परमात्मा एक है चाहे कोई अमरीका भी रहने वाला है चाहे हिंदुस्तान भी रहने वाला है हिंदुआ का भी वही परमात्मा है सिखा का भी वही है मुसलमाना का भी वही है हाँ असि लफ्जा के जरिए अलग अलग परमात्मा बनाए हैं ताप तो एक ही परमात्मा है आत्मा उसकी अंश है संता की नजर आत्मा से हुई है इस वास्ते सब कहते हैं तुम अच्छी तरह देख लो हो कर ऐसे तो हम गलतफहमी हुई है आओ आप भक्ति करते हैं आप इकट्ठे बैठ के की करिए हो कर मिलो मेरे भाई आप सारे भ्रा हैं एक परमात्मा के बच्चे हैं हो कर मिलो मेरे भाई दुखदा दूर करो जो लाए तुम परमात्मा के नाल का ख्याल जोड़ के देखो थोड़ी दुखदा अपने आप ही खत्म हो जाएगी हर नामा के रोवे जोड़ी तुसी नाम के नाल जुड़ के देख लो गुरमुख बैठो सभा विचारे सारे गुरमुख साडे सतगुरु महाराज कृपाल कहते हुए सीगे हजारों साल छोटे जे मकान में भजन अभ्यास कर लेंगे है रह लेंगे है सांस दो एक पिंडरी गिरे देंगे इस वास्ते प्यारे संत महात्मा नाम की जात बनाने वास्ते आते हैं ना हाथ में डंडे दे के सब लड़ाने वास्ते आते हैं वो तो सब प्यार ना कहते हैं कि प्यार एक दूजे को मारन के नाल जो परमात्मा मिलता हो शहीद बढ़ते हुए एको तो सस्ता सौदा हो किड़ा हो सकता है नहीं गुरु ग्रंथ साहब के लिए आता है ये तो परियां दी सिर खिया वाला ढाई कही का जे मालिक के दिल का शौक है कि किसी का दिल ना दुखा सूफी संत फरीद साहब कहते हैं बुरे का भला कर गुस्सा ना मन हंडाए देही रोग न लगी पल्ले सब कुछ पाए जे कोई तेनों बुरा कहता है कोई गाली निकालता है कहता तू उस उस तरह का ना बताऊंगा ओदा भला गुस्सा ना मन हंडाए देही रोग न लगी पल्ले सब कुछ पाए उसनों दंड देने वाला परमात्मा है फिर कहते हैं
ਜੋ ਤੈ ਮਾਰਨ ਮੁਕੀਆਂ ਤਿੰਨਾਂ ਨਾ ਮਾਰੇ ਘੁੰਮ ਆਪਣੇ ਘਰ ਜਾਇਆ ਪੈਰ ਤਿੰਨਾਂ ਦੇ ਚੁਣ। ਗੁਰੂ ਨਾਨਕ ਕਹਿੰਦੇ ਆ ਪਰ ਕਾ ਬੁਰਾ ਨਾ ਰਾਖੋ ਜੀ ਭੁਗੋ ਦੁੱਖ ਨਾ ਭਾਈ ਜੀ। ਉਹ ਕਹਿ ਰਹੇ ਹੋ ਸਭ ਅੰਦਰੋਂ ਪਰਮਾਤਮਾ ਬੈਠਾ ਹੈ, ਜੇਕਰ ਅਸੀਂ ਉੱਥੋਂ ਤੱਕ ਪਹੁੰਚੇ ਨਹੀਂ ਹੁੰਦੇਗੇ। ਇਸ ਵਾਸਤੇ ਮਹਾਤਮਾ ਤੋਂ ਵੱਡੀ ਪਾਉਣ ਨਹੀਂ ਆਉਂਦੇ, ਤੋੜਨ ਵਾਸਤੇ ਨਹੀਂ ਆਉਂਦੇ, ਜੋੜਨ ਵਾਸਤੇ ਆਉਂਦੇ ਹੈ। ਫਿਰ ਸੰਤੇ ਕਹਿੰਦੇ ਆ ਤੁਸੀਂ ਸਿਮਰਨ ਕਰ, ਜਿਹੜਾ ਤੁਹਾਨੂੰ ਸਾਧਨ ਦੱਸਦਾ ਤੁਸੀਂ ਕਰਕੇ ਦੇਖੋ। ਜਦੋਂ ਖਿਆਲ ਨੂੰ ਇੱਥੇ ਅਸੀਂ ਲਿਆਉਂਦੇ ਹੈ ਅੱਖਾਂ ਦੇ ਪਿੱਛੇ ਸ਼ਬਦ ਨਾਲ ਜੁੜ ਜਾਂਦੇ ਹੈ, ਜਦੋਂ ਆਤਮਾ ਤੋਂ ਸੂਲ ਸੂਕਸ਼ਮ ਕਾਰ ਤਿੰਨੇ ਪੜਦੇ ਲਾਹ ਕੇ ਬਰਫ ਪਾਲਣ ਦੇ ਵਿੱਚ ਜਾ ਵੜਦੇ ਹੈ, ਜਿੱਥੇ ਸਾਡੀ ਆਤਮਾ ਤੋਂ ਸਾਰੇ ਕਲਾਸ ਰਹਿ ਜਾਂਦੇ ਹੈ, ਫਿਰ ਆਤਮਾ ਨੂੰ ਪਤਾ ਲੱਗਦਾ ਹੈ ਕਿ ਨਾ ਮੈਂ ਅਮਰੀਕਾ ਦੇ ਰਹਿਣ ਵਾਲੀ ਹੈ, ਨਾ ਮੈਂ ਹਿੰਦੁਸਤਾਨ ਦੇ ਰਹਿਣ ਵਾਲੀ ਹੈ, ਮੈਂ ਉਹੀ ਹੈ ਜੋ ਪਰਮਾਤਮਾ ਹੈ। ਉੱਥੇ ਨਾ ਔਰਤ ਦਾ ਭੇਦ ਹੈ ਨਾ ਮਰਦ ਦਾ ਭੇਦ ਹੈ, ਲੇਕਿਨ ਭੇਦ ਉਹ ਥੱਲੇ ਥੱਲੇ ਹੈ। ਉੱਥੇ ਜਾਂਦਾ ਪਰਦਾ ਦਾ ਕੀ ਮਤਲਬ, ਉੱਥੇ ਪਹੁੰਚ ਕੇ ਮਹਾਤਮਾ ਨੇ ਰੰਗ ਕੀਤੀ ਕਿ ਕਹਾਂ ਕਰੇ ਜਾਤੀ ਕਹਾਂ ਕਰੇ ਪਾਤੀ, ਨਾਮ ਦਾ ਆਰਾਮ ਦਾ ਨਾਮ ਜਪੋ ਦਿਨ ਰਾਤੀ। ਬੁੱਲੇ ਸ਼ਾਹ ਨੇ ਵੀ ਕਿਹਾ ਹੈ ਕਿ ਅਮਲਾ ਉੱਪਰ ਹੋਣ ਵੇਲੇ ਖੜੀ ਰਹਿਣ ਦੀਆਂ ਜਾਤਾਂ, ਪਰਮਾਤਮਾ ਨੇ ਨਹੀਂ ਦੇਖਣਾ ਕਿ ਤੂੰ ਹਿੰਦੂ ਹੈ ਤੂੰ ਅੰਦਰ ਆ ਜਾ, ਤੂੰ ਸਿੱਖ ਹੈ ਬਾਹਰ ਚਲੇ ਜਾ, ਤੂੰ ਮੁਸਲਮਾਨ ਹੈ ਤੂੰ ਹੀ ਰੱਬ ਨੂੰ ਮਿਲਣ ਦਾ ਖੁਦਾ ਨੂੰ ਮਿਲਣ ਦਾ ਹੱਕਦਾਰ ਹੈ, ਤੂੰ ਪੰਡਿਤ ਹੈ ਬਾਹਰ ਨਿਕਲ ਜਾ। ਕਹਿੰਦਾ ਨਹੀਂ ਭਾਈ, ਉਦੋਂ ਤੱਕ ਕਰਤੂਤ ਦੇਖਣੀ ਹੈ, ਅਮਲ ਦੇਖਣੀ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਖਰੇ ਪੰਥ ਖਜ਼ਾਨੇ ਪਾਏ ਨੇ, ਖੋਟੇ ਧਰਮ ਭੁਲਾਵਣੇ ਆ। ਹਰ ਮੌਤ ਤੋਂ ਬਾਅਦ ਹਰ ਜਨਮ ਤੋਂ ਬਾਅਦ ਸਾਡੀ ਪਰਮਾਤਮਾ ਨੇ ਪਰਖ ਕਰਨੀ ਹੈ। ਜੇ ਤਾਂ ਅਸੀਂ ਉਹਦੀ ਪਰਖ ਦੇ ਕਾਬਲ ਹੁੰਦੇ ਹਾਂ ਤਾਂ ਸਾਨੂੰ ਖਜ਼ਾਨੇ ਦੇ ਵਿੱਚ ਦਾਖਲ ਕਰ ਲਏਗਾ, ਨਹੀਂ ਤਾਂ ਫਿਰ ਰੱਦ ਕਰਕੇ ਸਿੱਧੇਗਾ। ਪਿਛਲੇ ਜ਼ਮਾਨਿਆਂ ਦੇ ਵਿੱਚ ਜਦ ਚਾਂਦੀ ਦੀ ਕਰੰਸੀ ਹੁੰਦੀ ਸੀ ਉਦੋਂ ਲੋਕ ਖਜ਼ਾਨੇ ਜਦ ਮਾਮਲਾ ਵਗੈਰਾ ਜਮ੍ਹਾਂ ਕਰਾਉਣ ਜਾਂਦੇ ਸੀ, ਖਜ਼ਾਨਚੀ ਕੀ ਕਰਦਾ ਸੀਗਾ, ਉਹ ਰੁਪਿਆਂ ਨੂੰ ਅੱਛੀ ਤਰ੍ਹਾਂ ਪਰਖਦਾ ਸੀਗਾ, ਖਰਾਬ ਖਜ਼ਾਨੇ 'ਚ ਪਾ ਦਿੰਦਾ ਸੀਗਾ, ਅਗਰ ਖੋਟਾ ਹੁੰਦਾ ਸੀਗਾ ਉਹਨੂੰ ਟੱਕ ਲਾ ਦਿੰਦਾ ਸੀਗਾ। ਇਸੇ ਤਰ੍ਹਾਂ ਸਾਡੀ ਹਰ ਜਨਮ ਤੋਂ ਬਾਅਦ ਪਰਖ ਹੁੰਦੀ ਹੈ। ਸੋ ਮਹਾਤਮਾ ਤਾਂ ਸਾਨੂੰ ਇਸ ਵਾਸਤੇ ਆਪ ਪਿਆਰ ਨਾਲ ਕਹਿੰਦੇ ਹੈ, ਜਦੋਂ ਅਸੀਂ ਉਸਦੀ ਸੇਵਾ 'ਚ ਲੱਗ ਜਾਂਦੇ ਹੈ, ਉਹ ਕਿਹੜੀ ਸੇਵਾ 'ਚ ਲਾਉਂਦੇ ਹੈ, ਸ਼ਬਦ ਨਾਮ ਦੀ ਕਮਾਈ 'ਚ ਲਾਉਂਦੇ ਹੈ, ਉਹ ਸਾਨੂੰ ਅੰਦਰ ਜਾਣ ਦਾ ਸਾਧਨ ਉਹ ਤਰੀਕਾ ਲਾਉਂਦੇ ਦੱਸਦੇ ਹੈ ਜੀ। ਸਤ ਗੁਰ ਸੇਵੈ ਲਗਿਆ ਕਾਟ ਰਤਨ ਤੇਰੇ ਪਰਦਾਸ, ਤਨ ਵਡ ਪਾਕੀ ਵਡ ਪਾਕੀਆਂ, ਕਿਉਂਕਿ ਉਹਨਾਂ ਦੀ ਪਰਖ ਬੜੇ ਥੋੜਿਆਂ ਨੂੰ ਹੁੰਦੀ ਹੈ। ਆਪ ਕਹਿਣ ਲੱਗੇ ਨਾਮ ਦੇ ਗਾਹਕ ਬੜੇ ਥੋੜੇ ਹੁੰਦੇ ਹੈ, ਗੀਤ ਮਹਾਂਪੁਰਸ਼ਾਂ ਦੇ ਗਾਹਕ ਬੜੇ ਥੋੜੇ ਹੁੰਦੇ ਹੈ। ਆਪ ਕਹਿਣ ਲੱਗੇ ਧੰਨਵਾਦ ਕਹਾਣੀ ਪਾਗੀਆਂ ਬੜੇ ਉੱਚੇ ਭਾਗਾਂ ਵਾਲੇ ਹੈ, ਜਿਹੜੇ ਮਹਾਤਮਾ ਦਾ ਆਪ ਕੇ ਸੰਗਤ ਦੇ ਵਿੱਚ ਬੈਠ ਜਾਂਦੇ ਹੈ, ਜੁੜ ਜਾਂਦੇ ਹੈ, ਉਹਨਾਂ ਤੋਂ ਨਾਮ ਪ੍ਰਾਪਤ ਕਰ ਲੈਂਦੇ ਹੈ ਜੀ। ਤਨ ਵਡ ਪਾਕੀ ਵਡ ਪਾਕੀਆਂ, ਜੋ ਆਏ ਮਿਲੇ ਕੋਲ ਪਾਸ, ਜਿਨਾ ਸਤ ਗੁਰ ਪੁਰਖ ਨਾ ਕੀਤਿਓ ਤੇ ਪਾਗਹੀ। ਸਤਿਗੁਰਾਂ ਦੇ ਚਰਨਾਂ 'ਚ ਬੈਠ ਕੇ ਨਾਮ ਦਾ ਪ੍ਰਾਪਤ ਨਹੀਂ ਕਰ ਰਹੇ, ਉਹਨਾਂ ਦੀ ਖਬਰ ਪਾਣ ਲੱਗਾ ਹੈ, ਉਹਨਾਂ ਦੇ ਬੜੇ ਖੋਟੇ ਭਾਵ ਹੁੰਦੇ ਹੈ। ਮਹਾਤਮਾ ਚਤਰਦਾਸ ਕਹਿੰਦੇ ਹੈ, ਹਾਥੀ ਘੋੜੇ ਧਨ ਕਣਾ ਚੰਦਰਮੁਖੀ ਪੋ ਨਾਰ, ਨਾਮ ਬਿਨਾ ਜਮ ਲੋਕ ਨੇ ਪਾਵੇ ਕਸ਼ਟ ਹਜ਼ਾਰ। ਭਾਵੇਂ ਤੁਹਾਡੇ ਕੋਲ ਕਿੰਨਾ ਧਨ ਹੈ, ਕਿਤਨੀਆਂ ਅੱਛੀਆਂ ਔਰਤਾਂ ਹਨ, ਮਰਦ ਹਨ, ਹਾਥੀ ਘੋੜੇ ਕਾਂ ਕੁਛ ਵੀ ਕਿਉਂ ਨਹੀਂ,
प्यारे जो मौत होनी है सब कुछ एक इच्छा जाना है नाम बिना जम लोग में पावे कष्ट जा जी जिन्ना साते गोर पोरतना पीते ओ से पागहीन वस काल ओए फिर फिर जोन पवाईये विच विष्टा जिथे जाके जन्म लेंदे है उथे दुख ही दुख नसीब है नसीब हूँ तुम देख लो कि पशु पंछी सौते है असमान तुरते है उथे भी छोटे बड़े जानवर खाते है सहने धरते असमान जमीन के रिंगण वाले जो जानवर है तुम देख लो चिड़िया बाज खा जाते हैं बाजा होर शेर वगैरह खा जाते हैं सो प्यारे हो हर यूनिट सहनी हुई है हम तुम इंसान को सारे यूनान का सरदार दसते हैं तुम ये एक नहीं देख लो कि ये सौते है भेड़ा बकरिया ने की हालत है अक टक खाते हैं किस तरह मरदोशा के अपन भले करते हैं वो चलते हैं उन्होंने बच्चा देखदा मावां नूं पिता नूं कतल करते हैं उन्होंने माँ बाप को देखदा उन्होंने बच्चों को कतल करते हैं कदे दिल की ख्याल आया कि साडे सामने साडे जो बच्चे ने बदल करे साडे ने की बीते वो अपनी बोली का हाथ पहारा करते गए जी पर कौन सोचता कि अदालत है हो सकता है किसी वेले थोड़े साडे नौ अच्छे जानवर अच्छे चिर चौकार हो माड़े कर्म किए तो माड़े गुना ਇਹਦਾ ਨਿਸ਼ਚੇ ਜਾਣਿਆ ਦੀ ਹਾਲਤ ਹੈ ਹੁਣ ਤੁਸੀਂ ਇਨਸਾਨ ਦੇ ਜਾਣੇ ਦੇਖ ਲਓ ਜਿਹੜੇ ਅਸੀਂ ਥੋੜ੍ਹੇ ਬਹੁਤ ਸੁੱਖ ਦੇਖਦੇ ਹਾਂ ਖੁੱਲੇ ਵੀ ਸੁਣਾਉਂਦੇ ਗਏ ਪਿਆਰੇ ਪਤਾ ਨਹੀਂ ਦੁੱਖਾਂ 'ਚ ਕਿਹੜੇ ਵੇਲੇ ਤਬਦੀਲ ਹੋ ਜਾਂਦੇ ਹਨ ਬੱਚੇ ਹੈ ਕੈਸੀ ਜ਼ਿੰਦਗੀ ਹੈ ਮਾਸ ਦਾ ਲੋਕ ਰਹਿਣਾ ਹੈ ਮੱਕੀ ਵੀ ਉਡਾ ਸਕਦੇ ਹੋ ਜਵਾਨ ਹੁੰਦੇ ਹੈ ਕਿਸ ਤਰ੍ਹਾਂ ਪਿਛੇ ਵਕਾਰਾਂ ਦੇ ਵਿੱਚ ਅਸੀਂ ਅੰਨੇ ਹੋ ਜਾਂਦੇ ਹੈ ਆਪਣੇ ਪਰਾਏ ਦੀ ਕੋਈ ਖਬਰ ਨਹੀਂ ਹੁੰਦੀ बढ़ापे के आगे की हालत है बुद्धि योगर निरी बवारी होगी बड़े दौड़ी का की बढ़ता है जी बीमारी नहीं चिमड़ती वो भी आगे बढ़ती है कि अवस्था के लिए अभी सौखे हैं उस तो बाद अभी देखते हैं कि आज धन है औखे होकर कमाने हैं ਫਿਰ ਰੱਖਣ ਦਾ ਡਰ ਲੱਗਿਆ ਹੈ ਯਾਰਾਂ ਦੋਸਤਾਂ ਦਾ ਡਰ ਹੈ ਅਤੇ ਲੈ ਕੇ ਮੁਕਰ ਨਾ ਜਾਣ ਇਨਕਮ ਟੈਕਸ ਦਾ ਡਰ ਲੱਗਿਆ ਰਹਿੰਦਾ ਹੈ ਇਹਦੇ ਵਿੱਚ ਕਿਹੜਾ ਸ਼ਾਂਤੀ ਹੈ ਸ਼ਾਦੀ ਨਹੀਂ ਹੁੰਦੀ ਤਦ ਵੀ ਤੜਫਦੇ ਫਿਰਦੇ ਹੈ ਸ਼ਾਦੀ ਹੋ ਜਾਂਦੀ ਹੈ ਘਰ ਵਾਲੀ ਨਾਲ ਬੇਦਬਾਕੀ ਹੋ ਜਾਵੇ ਤੁਸੀਂ ਦੇਖ ਲਓ ਘਰ ਨਾਲ ਹੋ ਜਾਂਦਾ ਹੈ ਜੇ ਬੱਚਾ ਕਦੇ ਪੈਦਾ ਨਹੀਂ ਹੁੰਦਾ ਗਾ ਤਾਂ ਅਸੀਂ ਤੜਫਦੇ ਫਿਰਦੇ ਹੈ ਅਤੇ ਤੋਂ ਬੱਚਾ ਮਿਲੇ अगर वो मिल जाता है परमात्मा वापस बुला ले या कहे कारण ना हो देखो वो घर के माता पिता को रात को नींद नहीं आएगी पूछो कितने औखे है सो इतने सुख कितने आया है गुरु नानक देव से वास्ते कहा नानक रुखिया सब संसार मन्ने नाओ सोई जाए और ही कर्म लेके लाए ਕਬੀਰ ਸਾਹਿਬ ਕਹਿੰਦੇ ਹੈ ਕੋਈ ਤੋ ਤਨ ਮਨ ਦੁਖੀ ਕੋਈ ਨੇ ਤੋ ਉਦਾਸ ਇੱਕ ਇੱਕ ਤੋ ਸਬਰ ਕੋ ਤੇ ਸੁਖੀ ਸੰਤ ਦਾ ਦਾਸ ਜਿਹਨੇ ਸ਼ਬਦ ਦਾ ਆਸਰਾ ਲੈ ਲਿਆ ਨਾਮ ਦਾ ਆਸਰਾ ਲੈ ਲਿਆ ਸੰਸਾਰ ਦਾ ਆਸਰਾ ਲੈ ਲਿਆ ਹੈ ਉਹਨੂੰ ਪਤਾ ਹੈ ਕਿ ਦੁਨੀਆਂ ਚੱਲਣੀ ਕਾਮ ਹੈ ਕੁਛ ਨਾਮ ਜਪ ਕੇ ਆਤਮਾ ਨੂੰ ਤਾਲੁਕ ਆ ਜਾਂਦੀ ਹੈ ਪਾਣਾ ਮੰਨ ਲੈਂਦੇ ਹੈ ओए फिर फिर जोन पवाईये विच विष्टा कर विकराल एक नाम बिना जीव आउंदा है जांदा है जमदा है मरदा है कष्ट पाउंदा है जी ओए फिर फिर जोन
इस वास्ते आप कहन लगे जो सतगुरु के दसे हुए रस्ते से चलते हैं सतगुरु जी वो नाम दिखा देंगे वो नाम का रत्न जिला है वो प्रकाश कर दिता है। सो आपने कहा कि साधा सतगुरु ही सच्चा अमृतसर है वह सत्संगी अमृतसर है आप प्यार ना कहते हैं सतगुरु मिलता है तो आपकी आत्मा को तीनों पर्दे ला के उस काया के अंदर दाखिल होकर सच्चे अमृतसर के अंदर जाके स्नान करते हैं जो गुरु अमर देव जी महाराज ने सब दसाया है। तो आप आते फिर कहते हैं गुरु जी मैं बयान करते हैं सालों उत्तम पदवी जी सब तो उच्ची पदवी है वो सखंड है सतनाम है कहते अभी उत्थे पहुंच गए कि प्यारा में अपने प्यारे गुरु अमर देव जी प्यार के नाम उन्होंने नाम दिता सानू यकीन समझ के साढ़े से कृपा की सारी महिमा साढ़े सतगुरु जी है गुरु अमर देव जी है। सो सानू भी चाहिए है जिन्हें गुरुआ ने सानू नाम दिता है असं भी उन्होंने कहन के मुताबिक अपने जीवन में ढालिए अपने पापा की मैल में हल्की करिए और उत्तम पद जिहड़ा है साडा सतगुरु सानू देना चाहता है उसनू असीं प्राप्त करिए। उन जन्म जन्म की मैल उतरे निर्मल नाम निराए जन नानक उत्तम पद पाया सतगुर की Love.